ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ। ਬਹੁਤ ਹੀ ਉੱਜੇ ਹੋਏ ਪੀਰ ਨੇ ਬਾਬਾ ਜੀ ਸ਼ਾਹ ਬਖਤਿਆਰ, ਗੁਰੂ ਨਾਨਕ ਸਾਹਿਬ ਇਹਨਾਂ ਨੂੰ ਆਪ ਚੱਲ ਕੇ ਮਿਲਣ ਆਏ ਸੀ। ਮੈਂ ਤਾਂ ਐਰਕੀ ਹੈਰਾਨ ਹਾਂ ਵੀ ਜਿੰਨਾ ਇਕੱਠ ਐਰਕੀ ਇਸ ਜੋੜ ਮੇਲੇ 'ਤੇ ਹੋਇਆ, ਮੇਰਾ ਖਿਆਲ ਆ ਵੀ ਮੇਰੀ 54 ਸਾਲ ਉਮਰ ਆ, ਇੰਨਾ ਇਕੱਠ ਪਹਿਲਾਂ ਕਦੀ ਨਹੀਂ ਹੋਇਆ। ਬਹੁਤ ਲੋਕਾਂ 'ਚ ਉਤਸ਼ਾਹ ਆ। ਸਾਡੇ ਪਿੰਡ ਦੇ ਨਾਲ ਨਾਲ ਨਗਰ ਦੇ ਜਿੰਨੇ ਇੱਥੋਂ ਦੇ NRI ਵੀਰ ਗਏ ਨੇ ਉਹਨਾਂ 'ਚ ਵੀ ਬਹੁਤ ਉਤਸ਼ਾਹ ਆ। ਕਿਸੇ ਨੇ ਕੋਈ ਲੈਂਟਰ ਦੀ ਟਾਇਲ ਪਵਾਤੀ ਆ, ਕਿਸੇ ਨੇ ਟੀਨ ਪਵਾਤੀ ਆ, ਇੱਧਰ ਵੇਖੋ ਕੋਈ ਫਰੈਸ਼ ਫਰੂਟ ਦਾ ਜੂਸ ਦਾ ਲੰਗਰ ਲਾ ਕੇ ਬੈਠਾ ਕੋਈ। ਮੈਂ ਕਮਾਲ ਹੋ ਗਈ ਜੀ, ਤੁਸੀਂ ਵੇਖ ਲਓ ਸਵੇਰ ਦਾ 11 ਵਜੇ ਦਾ ਲੰਗਰ ਚੱਲ ਰਿਹਾ, ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ। ਬਹੁਤ ਹੀ ਵਧੀਆ ਕਲਾਕਾਰ ਆ, ਬਾਗੀ ਕਹਿੰਦੇ ਲਾਸਟ ਨੇਮ, ਮੈਨੂੰ ਪਹਿਲਾਂ ਨਾਮ ਨਹੀਂ ਪਤਾ, ਉਹਨੇ ਰੰਗ ਬੰਨਿਆ ਹੋਇਆ। ਉੱਤੋਂ ਮੌਸਮ ਵੀ ਇੰਨਾ ਮਿਹਰਬਾਨ ਸੀ, ਕੱਲ੍ਹ 47 ਡਿਗਰੀ ਟੈਂਪਰੇਚਰ, ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਬਾਬਾ ਜੀ ਸ਼ਾਹ ਬਖਤਿਆਰ ਗੁਰੂ ਨਾਨਕ ਦੇਵ ਜੀ ਨੇ, ਅੱਜ 32 ਡਿਗਰੀ ਟੈਂਪਰੇਚਰ, ਉਹ ਕੋਈ ਅੱਜ ਵੱਖਰਾ ਹੀ ਨਜ਼ਾਰਾ। ਤੁਸੀਂ ਦੇਖਿਆ ਹੋਣਾ ਸਾਰਾ ਕਵਰ ਕਰਕੇ, ਬਹੁਤ ਹੀ ਸੋਹਣਾ ਇਕੱਠ ਹੈ ਜੀ। ਬਾਬਾ ਅਵਤਾਰ ਸਿੰਘ ਜੀ ਆਪਣੇ ਅੰਮ੍ਰਿਤਸਰ ਏਰੀਏ ਦਾ, ਸ਼ਾਇਦ ਪਤਾ ਕਿਸੇ ਨੂੰ ਨਹੀਂ ਪਤਾ ਹੋਣਾ, ਕਹਿੰਦਾ ਸਿੰਘ ਅਵਤਾਰ ਬ੍ਰਹਮਾ ਸੀ ਓਏ ਮਾਝੇ ਦੀ ਧਰਤੀ ਦਾ ਜਾਇਆ, ਉਹ ਸ਼ਹੀਦ ਉਹ ਸਿੰਘ ਉਹ ਸੂਰਮਾ ਇੱਕੋ ਇੱਕ ਸੀ ਇਤਿਹਾਸ 'ਚ ਜਿਹਨੇ ਜਹਾਜ਼ ਸੁੱਟਿਆ। ਬਾਬਾ ਜੀ ਮਾਣ ਨਾਲ ਕਹੀਦਾ, ਲੋਹੇ ਕੰਡੇ ਖੜੇ ਹੋ ਜਾਂਦੇ, ਪਰ ਆਪਾਂ ਕਿਸੇ ਹੋਰ। ਸਾਰੇ ਧਰਮਾਂ ਦਾ ਸਤਿਕਾਰ ਕਰੋ, ਹਿੰਦੂ ਮੁਸਲਿਮ ਈਸਾਈ ਸਾਰੇ ਆਪਣੇ ਆ। ਰੱਬ ਨੇ ਇਨਸਾਨ ਬਣਾ ਕੇ ਭੇਜਿਆ, ਇਨਸਾਨਾਂ ਨੂੰ ਪਿਆਰ ਕਰੋ, ਜਾਤਾਂ ਜੂਤਾਂ ਦੇ ਵਿੱਚ ਕੁਛ ਨਹੀਂ ਰੱਖਿਆ। ਇੱਕ ਸਾਡੀ ਧੌਣ ਸਿੱਖਾਂ ਕਰਦੇ ਹੋ ਨਾ ਕਿਸੇ ਦੂਜੇ ਦੇ ਨਤੀਜੇ ਦੀ, ਤੇ ਖੈਰ ਬਣਨਾ ਆਪਣੇ ਮਾਂ ਪਿਓ ਦੇ ਕੋਲ, ਕਿਸੇ ਗੁਰੂ ਦੇ, ਕਿਸੇ ਪੀਰ ਦੇ। ਮੇਰੇ ਤੁਸੀਂ ਸਾਰੇ ਭਰਾ ਹੋ, ਮੇਰੇ ਕੋਈ ਹੈ ਨਹੀਂ।